ਸ਼੍ਰੀਕਾਲ ਜੀ। ਲੈ ਭਾਈ ਅੱਜ ਪਨੀਰ ਵਾਲਾ ਆਪਾਂ ਲਾ ਦੇਣਾ। ਆ ਗਏ ਹੁਣ ਬੰਦੇ ਲੈ ਕੇ, ਪਨੀਰ ਲੈ ਕੇ ਆ ਗਏ, ਸਮਝ ਲਓ ਨਿਬੇੜ ਕੇ ਕੰਮ ਪਾਸੇ ਕਰੀਏ ਜੀ, ਹੋਰ ਤਾਂ ਲੇਟੇ ਗਏ ਹੁਣ ਕੰਮ। ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਬਾਕੀ ਲੱਗੇ ਵੀ ਬਾਈ ਅੱਜ ਪਨੀਰੀ ਵਾਲਾ ਲਾਸਟ ਆ ਜਿਹੜਾ, ਉਹ ਲਾ ਦੇਣਾ ਅੱਜ। ਟਰੈਕਟਰ ਆਪਾਂ ਨੇ ਧੋਤਾ ਤਾ ਕੱਲ੍ਹ, ਰੂਟਾ ਰੂਟਰ ਵੀ ਉਹ ਥੋੜ੍ਹਾ ਜਿਹਾ ਧੋਤਾ ਹੋਇਆ ਅਤੇ ਹਲੇ ਪਾਲਸ ਰਹਿੰਦੀ ਆ ਮਾਰਨੇ ਨੂੰ, ਇੱਧਰ ਨਿਬੜ ਜਾਵੇ ਮਾੜਾ ਜਿਹਾ ਰੇਹਰੂ ਵਾਲਾ। ਆਹੋ ਅਤੇ ਫਿਰ ਪਾਲਸ ਮਾਰ ਕੇ ਖੜਾਉਂਗੇ ਫਿਰ ਇਹਨੂੰ। ਨਹੀਂ ਮੋਟਰ ਸਾਈਕਲ ਲੈ ਜਾਏਗਾ ਨਹੀਂ ਤੁਸੀਂ ਰੁਪਏ ਯਾਰ, ਅੱਜ ਕੀ ਬੰਦ ਕਰੀ ਆ, ਬੰਦ ਕਰੀ ਤੇਰਾ। ਆਹੋ ਲਾਈਟ ਕਿੱਥੇ, ਲਾਈਟ ਚੱਲਦੀ ਪੂਰੀ ਆ ਇਹਨੂੰ, ਲਾਈਟ ਬਥੇਰੀ ਆ, ਲਾਈਟ ਆਪਣੀ ਬਹੁਤ ਆ, ਲਾਈਟ ਤਾਂ ਦਿਨ ਰਾਤ ਨਾ ਹਟਦੀ ਹੋਣੀ ਹੁਣ, ਕਸਰਾਂ ਮਸਰਾਂ ਸਭ ਕੱਢ ਦੇਣੀ ਇਹਨੇ। ਮੋਟਰਾਂ ਵਿਹਲੀਆਂ ਖੜੀਆਂ, ਵਿਹਲੀਆਂ ਖੜ ਗਈਆਂ ਹੁਣ ਸਾਰੀਆਂ ਮੋਟਰਾਂ ਵਿਹਲੀਆਂ। ਆਪਣੇ ਇੱਥੇ ਕੋਈ ਮੋਟਰ ਨਹੀਂ ਚੱਲਦੀ ਹੈਗੀ, ਆਹ ਉਹ ਖੜੀਆਂ, ਆਹ ਵੀ ਬੰਦ ਹੋ ਗਈ ਦੇਲ, ਅੱਧਾ ਘੰਟਾ ਘੰਟਾ ਚੱਲੀ ਸਵੇਰ ਦੀ ਇਹ, ਘੰਟਾ ਕੁ ਮੋਟਰ ਚੱਲੀ ਹੋਣੀ। ਬਹੁਤ ਕਾਲੇ ਦਾ ਹੋਵੇਗਾ ਤੂੰ ਸਾਰਾ ਹੀ, ਉਹ ਪਨੀਰੀ ਵਾਲਾ ਰਹਿੰਦਾ ਕਾਲੇ ਗਾਚੇ ਦਾ, ਪਨੀਰੀ ਪੱਟ ਲਈ ਸਾਰੀ ਹੁਣ ਜਿਹੜੀ ਹੈਗੀ ਸੀ। ਹਾਂ ਨਾ ਪਨੀਰੀ ਖੜੀ ਖਾਸੀ ਗੱਲ ਕਿੰਨੀ ਕੁ ਪਨੀਰੀ ਉਹ ਪਕੜ ਜਾਓ ਗਈ ਇਹਦੇ ਨਾਲ, ਤੇ ਤਾਂ ਮੈਂ ਕਹਿੰਦਾ ਆਪਣੀ ਸਵਾ ਸਤਾਈ ਵਧੇਰੇ ਜਿਹੜੀ ਬਾਈ ਆ। ਨਹੀਂ ਨਹੀਂ ਠੀਕ ਆ ਪਨੀਰੀ, ਛੋਟੀ ਆ, ਛੋਟੀ ਆ, ਨਹੀਂ ਛੋਟੀ ਆ ਪਨੀਰੀ, ਠੀਕ ਆ ਪਾਉਣਾ ਪੈਣਾ ਤਾਂ ਜ਼ਿਆਦਾ ਪਾ ਦੂੰਗੇ ਊਂ, ਠੀਕ ਆ ਪਨੀਰੀ ਛੋਟੀ ਆ, ਇੰਨੀ ਉਹ ਨਹੀਂ ਆ ਨਾ, ਉਹ ਤਾਂ ਠੀਕ ਆ ਵੱਢਣੇ ਵਾਲੀ ਨਹੀਂ। ਲੈ ਵੱਢਣੇ ਵਾਲੀ ਕਿੱਥੇ ਆ, ਠੀਕ ਆ ਪਨੀਰੀ ਠੀਕ ਹੈ, ਦੋ ਦੋ ਟੱਕੇ ਲੱਗੇ ਜਾਣੇ ਇਹਦੇ, ਵਧੀਆ ਹੈ ਜਾ ਇਹ ਪਾਣੀ ਰੁਕਿਆ ਪਤਾ ਇਹਨਾਂ ਨੇ, ਪਰ ਇਹ ਰੁਕਤਾ ਤਾਂ ਹੀ ਇਹਨੇ ਨਹੀਂ ਕਿਹਾ, ਨਹੀਂ ਤਾਂ ਸਾਡੇ ਇੱਥੇ ਦੇ ਉੱਗੀ ਤੀ ਗੋਡੇ ਗੋਡੇ ਤੰਗੜੀਆਂ ਕੱਢੀ ਬਾਹਰ ਅਸੀਂ ਰੁਕੀ ਸੀ, ਮੈਂ ਇੱਥੇ ਢੇਰ ਲਾਇਆ ਕੱਢ ਕਹਿ ਵੀ ਵਿੱਚ ਤੇ, ਉਹ ਜਿਹੜੀ ਤੱਗੀ ਉੱਚੀ ਦੀਦੀ ਦੀ ਪਨੀਰੀ ਆਈ ਦੀ ਉੱਪਰ, ਮੈਂ ਤਾਂ ਕਿਹਾ ਸੀ ਤਾਂ ਵੀ ਪਨੀਰੀ ਆ, ਪਨੀਰੀ ਆ, ਮੈਂ ਤਾਂ ਕਮਚਾ ਨਹੀਂ ਮਨੀ ਹੈਗਾ, ਮੈਂ ਖਿੱਚ ਲਈ ਫੋੜੇ ਨਾਲੇ, ਫੋੜੇ ਨਾਲੇ ਖਿੱਚ ਕੇ ਉੱਥੇ ਢੇਰ ਲਾ ਦਿੱਤਾ ਉੱਪਰ ਉੱਪਰ, ਤਾਂ ਹੀ ਹੁਣ ਪੱਧਰ ਲੱਗ ਗਿਆ ਕਦੋਂ ਦੇਖਣ, ਬਾਕੀ ਤਾਂ ਗੱਲ ਗੁਲ ਜਾਣੀ ਵਿੱਚ ਵਿੱਚ ਸਾਰੀ ਵਿੱਚ ਗੱਲ ਜਾਣੀ ਹੁਣ। ਚੱਲ ਕੋਈ ਨਾ, ਝੱਡੀ ਵਾਲੀ ਮੋਟਰ ਉਹ ਵੀ ਦੇਖਣੀ, ਭਾਲ ਵਾਲੀ ਮੋਟਰ ਚੱਲਦੀ ਆ, ਚੱਲਦੀ ਆ ਉਹ, ਥੋੜਾ ਥੋੜਾ ਹੀ ਪੈਣਾ ਤਾਂ ਫਿਰ, ਜੇ ਸਵੇਰ ਦੀ ਚੱਲਦੀ ਆ। ਹਾਂ ਉਹ ਫਿਰ ਘੱਗ ਪੈ ਗਿਆ, ਐਂ ਤਾਂ ਵੰਡਿਆ ਵੇ ਚੱਲਦਾ, ਉਧਰ ਨੂੰ ਘੱਟ ਚੱਲਦਾ, ਹੁਣ ਮੈਂ ਜਾ ਕੇ ਆਉਂਦਾ, ਜਾਂਦਾ ਮੈਂ ਜਾਂਦਾ ਮੁੜ ਕੇ ਜਾ ਕੇ, ਜੇ ਪਜਾਮਾ ਲੈ ਬਈਆਂ ਡਿੱਗ ਪਰ ਚਾਹ ਪਤਾ ਰਾਤੀ ਮੈਂ ਚਾਹ ਲਿਆਉਂਦਾ, ਚਾਹ ਲਿਆ ਪਲਾ ਇਹਨਾਂ ਨੂੰ, ਹੋਰ ਕਿਆ, ਉਹ ਦੋ ਕੁ ਵੀਗੇ ਜਗ੍ਹਾ ਹੋਣੀ ਆ ਇਹ ਬਾਈ, ਇੰਨੀ ਕੁ ਦੋ ਕੁ ਵੀਗੇ ਮਸੀਂ ਆ ਇਹ, ਆਹ ਹੁਣ ਭਾਰਤ ਪੈ ਗਿਆ ਉਰੇ, ਆਹ ਕੁਛ ਛੇਤੀਆ ਲਾਈ ਜਾਵੇ, ਪਨੀਰੀ ਜ਼ਿਆਦਾ ਹੋ ਗਿਆ ਸਰਦਾਰ ਜੀ, ਹੈਂ ਪਨੀਰੀ ਜ਼ਿਆਦਾ ਪੱਟ ਲਿਆ, ਕਹਿ ਦੋ ਦੋ ਟੱਕੇ ਲਾ ਦਿਓ, ਮੈਂ ਤਾਂ ਕਿਹਾ ਮੈਂ ਦੱਬ ਕੇ ਲਾ ਦਵਾਂ ਇਹਨੂੰ, ਦੋ ਦੋ ਟੱਕੇ ਲਾ ਦਿਓ ਕਹਿ, ਪਨੀਰੀ ਜ਼ਿਆਦਾ ਹੋ ਗਿਆ ਤਾਂ ਚੱਲੀ ਆ ਕਿਤੇ ਨੂੰ, ਦੋ ਦੋ ਟੱਕੇ ਲਾ ਦਿਓ, ਲੇਟੇ ਹੈ ਫਿਰ ਬੂਝਾ ਵੀ ਘੱਟ ਕਰਨਾ ਜੀਰੀ ਨੂੰ, ਹਾਂ ਲਹਿਰੀ ਪਨੀਰੀ ਡੱਕਾ ਕਰ ਜਾਂਦੀ ਹੈ, ਲੈ ਸਵੇਰ ਰੁਕਣੀ ਆ ਵੀ ਗਿਰਲੀਆਂ, ਹੁਣ ਗਰਮੀ ਦੇਖ ਲੈ ਕਿੰਨੀ ਹੈ, ਹੁਣ ਤਾਂ ਮੈਂ ਮੋਟਰ ਬੰਦ ਕਰਿਆ ਜਦੇ ਮੰਡ 'ਚ, ਮੈਂ ਬੱਦਲ ਆ ਗਿਆ, ਪਾਣੀ ਹੈਗਾ ਹੁਣ, ਪਾਣੀ ਤਾਂ ਹੈਗਾ, ਹਿਸਾਬ ਦਾ ਅੱਜ ਦਾ ਡੱਕਾ ਖੜਾ ਹੋ ਗਿਆ ਹੁਣ, ਬਹੁਤ ਫਰਕ ਪੈ ਗਿਆ, ਦੋ ਤਿੰਨ ਦਿਨ ਮੈਂ ਕੱਲ੍ਹ ਰੇਹ ਪਾ ਸ਼ਾਮ ਨੂੰ, ਰੇਹ ਮੈਂ ਕਹਿੰਦਾ ਰੇਹ ਹਾਲੇ ਖੈਰ ਜਾ ਦੋ ਚਾਰ ਦਿਨ, ਰੇਹ ਖੜ ਜਾ ਦੋ ਤਿੰਨ ਦਿਨ, ਮੈਂ ਡੱਕਾ ਜਿਹੜਾ ਬੈਠਿਆ ਵਾ ਚੱਕੋ ਜੀ, ਰੇਹ ਥੋੜ੍ਹਾ ਚੱਕਣਾ ਆਪਣੇ ਆਪ ਚੱਕਣਾ, ਉਹ ਰੇਹ ਨੇ ਜੁਰਮ ਆਇਆ ਚੱਕੇ ਹੋ ਜਾਣਾ, ਜੜ ਦੀ ਜੜ ਫੜੀ ਗਿਆ ਉਹਨੇ, ਉਹਨੇ ਖੜਾ ਹੋ ਗਿਆ ਡੱਕਾ ਨੇ, ਬਸ ਹਾਲੇ ਪਾਣੀ ਘੱਟ ਰੱਖ, ਦਵਾਈ ਦੱਸੇ ਦਿੱਤੀ, ਦੋ ਚਾਰ ਦਿਨ ਪਾਣੀ ਘੱਟ ਰੱਖੋ, ਜੇ ਖੜਾ ਜਾ ਹੋਊਗਾ ਡੱਕਾ ਫਿਰ ਪਾਣੀ ਦਾ ਭਰ ਲਾ ਕਰਾਂਗੇ, ਪਾਲਸ ਮਾਰੀ ਉਹਨੇ ਟਾਇਰਾਂ ਟਰੈਕਟਰ ਦੇ, ਨਾ ਨਾ ਲੀਰੇ ਘੁਮਾਈ ਆ ਉਹਨੇ, ਨਹੀਂ ਪਾਲਸ ਨਹੀਂ ਮਾਰੀ, ਪਾਲਸ ਵੱਜੀ, ਉਹ ਪਾਲਸ ਨਹੀਂ ਵੱਜੀ, ਸਰਫ ਵਾਲੀ ਲੀਰ ਮੰਗਵਾਈ ਦੀ ਆ, ਸਾਫ ਤਾਂ ਬਹੁਤ ਵੇਲੇ ਬਟਾ, ਇੱਕ ਨਹੀਂ ਹੈ ਸਾਫ ਹੀ ਆ, ਆ ਜਾ ਵਿੱਚ ਤੇ ਗਾਰਾ ਨਿਕਲ ਜਾਂਦਾ ਵਾਲਾ ਮਾੜਾ, ਇਹ ਆਪ ਧੋ ਹੋਣਾ ਇੱਕ ਵਾਰ, ਆਪ ਘਾਸ ਥੱਲੇ ਦੀ, ਫਿਰ ਪਾਲਸ ਪੂਲਸ ਮਾਰੀ ਮੈਂ ਸਵਾਰ ਕੇ, ਹੈ ਥੱਲੇ ਸਟਿੱਕਰ ਸਟੁੱਕਰ, ਆਹ ਦੇਖਣਾ ਆਹ ਦੇ ਆ ਵਿੱਚ ਆ ਰਿਹਾ ਮੈਂ ਮਾੜਾ ਮੋਟਾ, ਆਹ ਲੀਰ ਘੁੰਮਣੇ ਵਾਲੀ ਆ, ਲੈ ਤੂੰ ਕੋਈ ਐਨ ਟਰੈਕਟਰ ਵਾਲਾ ਹੈ, ਤੂੰ ਵਧੀਆ ਧੋਂਦਾ ਹੈ, ਵਧੀਆ ਧੋ, ਮੈਂ ਤੈਨੂੰ ਧੋਣਾ, ਤੂੰ ਹੀ ਧੋਈ, ਨਹੀਂ ਨਹੀਂ ਤੂੰ ਧੋ, ਜਦ ਮੈਂ ਪਾਉਂਦਾ ਤਾਂ ਮੈਂ ਧੋ, ਤੂੰ ਹੁਣ ਤੂੰ ਧੋ, ਠੀਕ ਹੈ ਨਾ, ਜਦ ਤੂੰ ਪਾਉਂਦਾ ਮੈਂ ਸਕੌਟ ਧੋਂਦਾ ਹੁੰਦਾ ਵਾ, ਹੁਣ ਬੱਤ ਕਰ, ਤੂੰ ਇਹ ਧੋ, ਬੱਤ ਬੱਤ ਕਰ,
ਇਹ ਤੂੰ ਤੋਂ ਲੜ ਰਿਹਾ ਲਸਕਾ ਦੇ ਇਹਨੂੰ ਵੀਰ ਰਹੇ ਨਾ ਜਗ੍ਹਾ ਕਿੱਥੇ ਨਾ ਨਾ ਘੁੰਮੇ ਪਹਿਲਾਂ ਕੰਮ ਸੈੱਟ ਕਰਨ ਤੇ ਫਿਰ ਤੇ ਘੁੰਮਾਂਗੇ ਵੀਰ ਹਲ ਚੜੀ ਬੀਜਣੀ ਆ ਚੜੀ ਬੀਜਣਾ ਚੜੀ ਬੀਜ ਕੇ ਕਰ ਦਿੰਦੇ ਆ ਕਿੱਦਾਂ ਨੇ ਜਾਇਆ ਫਿਰ ਗੇੜਾ ਮਾਰਿਆ ਕਿੱਧਰ ਉਹਦਾ ਟਾਇਰ ਵੀ ਦੇਖਿਆ ਟਾਇਰ ਨਹੀਂ ਦਾ ਲਿਆਉਣਾ ਟਾਇਰ ਯਾਰ ਜਾਂਦੇ ਆ ਮੈਂ ਰਾਜਾ ਜਾਊਂਗੇ ਵਧੀਆ ਟਾਇਰ ਲੈ ਕੇ ਆਇਓ ਵਧੀਆ ਲਿਆਉਂਗੇ ਤੇ ਨਾਲ ਦੇ ਲਿਆਉਣਾ ਇੱਕ ਟਾਇਰ ਜੇ ਚਾਹ ਲਿਆ ਫਿਰ ਮੈਂ ਦੇਖ ਕੇ ਆਵਾਂ ਉੱਥੇ ਯਾਰ ਲਿਆਉਂਦਾ ਜਾ ਮੈਂ ਆਹ ਦੇਖੋ ਬਈ ਹਾਲ ਪਹੀ ਦਾ ਹਾਲ ਦੇਖ ਲਓ ਭਾਜੀ ਇਹਨਾਂ ਸਰਦਾਰਾਂ ਦੀ ਜ਼ਮੀਨ ਆ ਇੱਥੇ ਨੂੰ ਪਾਣੀ ਚੱਲਿਆ ਸਰਦਾਰਾਂ ਦੀ ਤਾਂ ਹੈਗੀ ਆ ਕਿਆ ਕਰਨ ਸਰਦਾਰ ਅਸੀਂ ਤਾਂ ਬਹੁਤ ਸਾਂਭ ਕੇ ਰੱਖ ਦਿੱਤੇ ਰਸਤਾ ਇਹ ਰੱਬ ਪੂਰੇ ਨਜ਼ੂਰ ਹੈਗਾ ਪਾਣੀ ਉਰੇ ਪੈਪ ਲੀਕ ਹੋਣਾ ਦੋ ਇਕੱਠੇ ਚਲੇਗਾ ਉੱਥੇ ਨਾ ਇੱਕ ਇਕੱਠਾ ਚਲੇਗਾ ਇੱਥੇ ਅੱਧਾ ਇਕੱਠਾ ਚਲੇ ਗਿਆ ਆ ਪੈਪ ਲਾਈਨ ਡਿਗਣੇ ਹੋਈ ਆ ਉਹਨਾਂ ਦੀ ਪੈਪ ਲਾਈਨ ਲੀਕ ਆ ਪੈਪ ਲਾਈਨ ਨਹੀਂ ਹੋਊ ਹਾਂਜੀ ਬਲਵੀਰ ਚਾਚੇ ਹੋਣੀ ਜਾਂਦੀ ਉਹਨੂੰ ਪੈਪ ਲਾਈਨ ਆ ਲੀਕ ਪੈ ਗਿਆ ਉਰੇ ਇਹਨੂੰ ਮੈਂ ਕਿਹਾ ਵੀ ਤਾਂ ਮੈਂ ਮਿੱਟੀ ਪਾ ਦੇਣਾ ਉੱਪਰ ਮਿੱਟੀ ਤਾਂ ਪਾ ਗਿਆ ਆ ਰੇਤਾ ਜਦੋਂ ਪਾਇਆ ਹੋਇਆ ਦੇਖ ਤਾਂ ਲੱਕ ਓਏ ਦੇਖ ਤੂੰ ਲੈ ਦੇਖ ਤਾਂ ਲੱਕ ਲੱਕ ਟੂਆ ਥੋੜਾ ਲੈ ਉੱਧਰ ਤਾਂ ਨਹੀਂ ਪਤਾ ਉੱਧਰ ਪਾਣੀ ਮਾਣੀ ਦਾ ਪਤਾ ਲੱਗਦਾ ਰਾਜੇ ਪਾਣੀ ਦਾ ਪਤਾ ਲੱਗਣਾ ਉਹ ਤੇ ਦੀ ਸਿਰ ਭਾਰ ਵੱਜਣਾ ਤਾਂ ਟੋਏ ਚ ਆ ਗੋਟੇ ਗੋਟੇ ਦਾ ਪਾਣੀ ਚੱਲ ਰਿਹਾ ਪਰ ਹੋਰ ਹੋਰ ਦੇਖ ਲੈ ਤੂੰ ਅੱਛਾ ਇਹੋ ਜੇ ਹੁਣ ਮਿਲਦੀ ਸੀ ਬੂਟਿਆਂ ਨੂੰ ਸਾਂਭਦਾ ਜਾਵੇ ਹਾਂ ਸਾਹਮਣੇ ਆ ਇਹ ਸਾਹਮਣੇ ਫੋਟ ਮੈਂ ਵੀ ਕਹਾਂ ਫੋਟ ਵਧੀਆ ਹੋ ਗਈ ਫੋਟ ਬਹੁਤ ਵਧੀਆ ਹੋ ਗਈ ਹੋਰ ਕੁਆਡ ਸਾਫ਼ ਕਰੋ ਇਹਦੇ ਇਹਦੇ ਦੋ ਦੋ ਰੱਖ ਲਵੇ ਹਾਂ ਦੋ ਦੋ ਵੋਟ ਦੋ 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 ਡੱਕੇ ਰੱਖ ਲਵੇ ਪੂਰੇ ਪੂਲਰ ਹੋ ਜਾਣੇ ਆਹ ਯਾਰ ਹੁਣ ਛੱਡੀ ਤਿਆਰ ਨਹੀਂ ਹੋ ਗਈ ਦੇਖ ਕਿੱਥੇ ਯਾਰ ਸਾਹਮਣੇ ਤਾਂ ਉਹਨੇ ਆ ਉਹਦਾ ਡੱਕਾ ਤੋੜ ਕੇ ਰਾਜੀ ਨਹੀਂ ਉਹਦੇ ਯਾਰ ਗਲਤੀ ਆ ਹੁਣ ਇਹ ਹੁਣ ਉਹਦੇ ਇਕੱਠ ਹੋਣੇ ਆ ਤਾਂ ਕਰਦੇ ਹੁਣ ਕਰਮਜੀਤ ਨੂੰ ਬੰਦਾ ਰੱਖੇ ਕੋਈ ਦਿਹਾੜੀ ਪਰ ਇਹਨੂੰ ਸਾਫ਼ ਕਰਾਵੇ ਬੰਦਾ ਵੀ ਕਾਰੀਗਰ ਹੋਵੇ ਹਾਂ ਰਸਤਾ ਹੜਿਆ ਬਾਈ ਆਹ ਕੰਧ ਹੈ ਚੱਲ ਹੋ ਸਕਦੀ ਦੋ ਉਂਗਲਾ ਇੱਧਰ ਉੱਧਰ ਆਹ ਹੱਦ ਜੀ ਰੱਖ ਤੂੰ ਇੰਨਾ ਰਸਤਾ ਹੜ ਗਿਆ ਜੱਠਾ ਦੇ ਯਾਰ ਕੈਮਰੇ ਆਏ ਤਾਂ ਹੜਿਆ ਤਿੰਨ ਇਕੱਠੇ ਦੀ ਆ ਇਹ ਇੱਕ ਦੋ ਪਹਿਲੀ ਪਰਚੀ ਇੱਥੇ ਘੜਨੀ ਆਪਣੇ ਤੋਂ ਫਿਰ ਕਣਕ ਵੀ ਬੀਜਣੀ ਹੈ ਪਪੂਲਰ ਤੇ ਦੋਏ ਵਧੀਆ ਹੋ ਗਏ ਪਪੂਲਰ ਬਾਈ ਬਹੁਤ ਚੱਲਿਆ ਗੰਨੇ ਪੇਤੇ ਵੀ ਕਹਿ ਲਾਂਗੇ ਤੋਂ ਮਿੱਟੀ ਇਹਦਾ ਸਵਾਗੇ ਗੱਲ ਤਾਂ ਪੈਕ ਲੱਗਣੀ ਨੇ ਬੂਟੇ ਖੜੇ ਫਿਰ ਉਰੇ ਕਹਿੰਦਾ ਨਾ ਖਰਾਬ ਆਊਗਾ ਘੁਮਾ ਲਿਆ ਆਊਗਾ ਤੇਰੇ ਦੂਏ ਸਾਲ ਚ ਗ੍ਰੋਥ ਕਿਹੋ ਜਿਹੀ ਗ੍ਰੋਥ ਦਾ ਵਿੱਚ ਵੜ ਕੇ ਪਤਾ ਲੱਗਦਾ ਕਹਿੰਦਾ ਉੱਥੇ ਨੂੰ ਜਿੱਕਣਾ ਹੁਣ ਮੀਂਹ ਗੇਤੇ ਚੱਲ ਪਏ ਉਹਦੇ ਕਰਕੇ ਬੂਟੇ ਪਹਿਲੇ ਸਟਾਰਟ ਹੋ ਗਏ ਅੱਸੂ ਵੀ ਚੱਲਦੇ ਜਾਂ ਅੱਸੂ ਗਲੀਏ ਲੱਗਦਾ ਨਾ ਜਦ ਬੂਟੇ ਗ੍ਰੋਥ ਬਣਾਉਂਦੇ ਇਹ ਜੀ ਮੈਨੂੰ ਵੀ ਐ ਲੱਗਦਾ ਮੈਂ ਆਪਣੇ ਬੂਟੇ ਮੈਨੂੰ ਪੱਟਣੇ ਪੈਣੇ ਆ ਉਹ ਪਰ ਹੁਣ ਦੇਖਦੇ ਆ ਹੁਣ ਇਹ ਹੋ ਗਿਆ ਤੂੰ ਇਹਨੂੰ ਬਾਹਰੇ ਗੰਨੇ ਨੂੰ ਹਾਂ
ਹਸਬੀ ਨੂੰ ਕਿਹਾ ਤਾਂ ਮੈਂ ਗੰਨਾ ਵਾਹਦੇ ਤੂੰ ਇਹਨੇ ਗੰਨੇ ਨੇ ਹੋਣਾ ਨੀ ਹੈਗਾ ਪਰ ਗੰਨਾ ਮੈਂ ਲਾ ਵੀ ਦੋ ਪਰਚੀਆਂ ਹੋ ਜਾਣੇ ਖਰਚਾ ਨਿਕਲਿਆ ਹੋਣਾ ਵਧੀਆ ਗੰਨਾ ਖੜਾ ਇੱਕ ਤਾਂ ਦੋ ਦਿਨ ਪਾਣੀ ਪਾਓ ਥੱਲੇ ਡੀਜ਼ਲ ਪਾਓ ਮੈਂ ਟਰੈਕਟਰ ਨਾਲ ਲੱਗੇ ਆ ਫਿਰ ਇਹ ਪਾਣੀ ਪ੍ਰਦਾਨ ਖੜਾਓ ਫਟੇਰਾ ਬੂਟਿਆਂ ਨੂੰ ਵੀ ਲੱਗੇ ਯਾਰ ਰੇਹ ਪੱਤ ਜਿਹੜਾ ਲੱਗਿਆ ਵਿੱਚ ਬੂਟਿਆਂ ਨੂੰ ਲੱਗਣਾ ਜਿਹੜੀ ਹੋ ਗਈ ਦੋ ਪਰਚੀਆਂ ਹੋ ਵੀ ਗਈਆਂ ਸਾਨੂੰ ਇੱਕ ਪਰਚੀ ਬਚਣੀ ਹੈ ਇੱਕ ਦੇ ਖਰਚੇ ਆ ਗਿਆ ਫਿਰ ਦੋ ਗਿੱਲਿਆਂ ਪਰ ਹੁਣ ਦੋ ਹੈ ਦੋ ਵੀ ਹੋ ਜਾਣ ਤਾਂ ਹੈ ਇਹ ਵੀ ਬੂਟੇ ਇਹਦੇ ਮਾੜੇ ਆ ਇਹਨਾਂ ਬੂਟਿਆਂ ਕਰਕੇ ਰਹਿ ਗਏ ਜਿਹੜੇ ਆ ਲੈਣ ਤੀ ਉਰੇ ਪਹਿਲਾਂ ਆਈ ਗਏ ਇੱਕ ਬੂਟਾ ਜਿਹੜੇ ਦੋ ਦੋ ਮੂਹਰੇ ਨਾਲ ਇਹਦਾ ਛੌਰੇ ਨਾਲ ਰੋਕੇ ਹੋਏ ਤੇ ਸਮਝ ਪਰਚੇ ਤੇਰੇ ਦੋ ਗੱਬੇ ਜੇ ਖਾਲੀ ਪਿਆ ਉੱਥੇ ਬੂਟੇ ਮਰ ਗਏ ਤੇ ਕਿੱਥੇ ਉਹ ਮਰ ਗਈ ਦੀ ਲੈਣ ਉੱਥੇ ਪਰਨ ਕਿਆ ਹੋ ਗਿਆ ਉੱਥੇ ਨਵੇਂ ਲਾਏ ਵੀ ਲੱਗਦੇ ਆ ਹੱਥ ਫਿਰ ਬੂਟਾ ਭਾਈ ਇੱਥੇ ਆ ਮਿੱਟੀ ਥੋੜੀ ਪਈ ਆ ਆਹੋ ਮਿੱਟੀ ਬਹੁਤ ਆ ਇੱਥੇ ਇੱਥੇ ਚੱਕ ਹੋਣੀ ਆ ਇੱਥੇ ਨਾਲ ਸੀ ਸਾਰਾ ਇੱਧਰ ਦੇ ਹਟ ਕੇ ਆਈ ਆ ਚੱਕੇ ਉੱਪਰ ਆਉਣੀ ਆ ਇਹ ਤਾਂ ਹੁਣੇ ਕਹੀ ਗਏ ਦੇ ਹੈ ਆ ਕਾਹ ਵਾਲੀ ਤਾਂ ਹੁਣੇ ਕਹੀ ਗਏ ਮਿੱਟੀ ਉੱਪਰ ਕਜੀ ਨਾਲੇ ਚੱਕ ਹੋਣੀ ਆ ਤਾਂ ਹਾਂ ਜਿਹੜੀ ਖੇਤ ਵਿੱਚ ਗਈ ਖੇਤ ਵਿੱਚ ਤਾਂ ਇੰਨੀ ਬਹੁਤੀ ਗਈ ਵੀ ਨਹੀਂ ਹੈਗੀ ਤੇ ਹੁਣ ਤੋਂ ਇੱਥੇ ਕਹਦੇ ਇੱਥੇ ਨਹੀਂ ਹੈ ਨਹੀਂ ਸੀ ਗੰਨੇ ਚੀਜ਼ੇ ਲੱਗ ਭਈਆ ਛੱਡਦਾ ਭਈਏ ਨੇ ਕਰ ਦੇਣਾ ਕੰਮ ਦੋ ਭਈਏ ਲਾ ਦੇਣੇ ਟੋਏ ਭਰ ਦੇਣੇ ਨੇ ਆਏ ਨਾ ਭਰ ਦੇਣੇ ਉਹਨੇ ਓਕੇ ਬਾਕੀ ਦੇਖ ਲੈਂਦੇ ਜੇ ਰੇਤਾ ਖੁੱਲ ਗਿਆ ਉਹ ਟਰਾਲੇ ਟਰਾਲੇ ਉਹਨਾਂ ਦਾ ਟਰੈਕਟਰ ਨਾਲ ਗੱਲਾਂ ਗਏ ਵੇ ਦੋ ਬੰਦੇ ਭਰਨ ਦੇਖਦੇ ਆ ਕਿਆ ਬਣਦਾ ਜਿੰਨਾਂ ਦਾ ਕੀ ਲਿਆ ਯਾਰ ਬੂਟਾ ਵਧੀਆ ਖੜਾ ਉਹ ਵਧੀਆ ਖੜਿਆ ਇਹ ਨਾ ਫੋਟ ਆ ਜਿਹੜੀ ਹੁਣੀ ਬਹੁਤ ਛੇਤੀ ਆ ਫੋਟ ਤਾਂ 3-7 ਤਿਆਰ ਹੋ ਜਾਂਦੀ ਆ ਹੋਰ ਆ ਬਹੁਤ ਛੇਤੀ ਹੋ ਰਿਹਾ ਆ ਗੰਨਾ ਤੇਰਾ ਠੀਕ ਆ ਤੇਰੇ ਸਾਰੇ ਠੀਕ ਆ ਗੰਨਾ ਯਾਰ ਆ ਸਾਈਡ ਵੀ ਠੀਕ ਆ ਇੱਧਰ ਲਈ ਸਰੇ ਸਹੀ ਠੀਕ ਆ ਦੋ ਵਾਰਤੀਆਂ ਹੋ ਜਣ ਬਹੁਤ ਸਾਨੂੰ ਹੋ ਜਣੇ ਆ ਜਣ ਦੋ ਵਾਰਤੀਆਂ ਆਰਾਮ ਨਾਲ ਆ ਇੱਥੇ ਪੈਪ ਲੀਕ ਆ ਤੁਹਾਨੂੰ ਆ ਠੀਕ ਆ ਗੰਨਾ ਭਾਈ ਆ ਖੇਤ ਤੇ ਦੇਖ ਲੈ ਇੱਥੇ ਪਾਣੀ ਚੱਲਿਆ ਸਾਰੀ ਸਾਰੀ ਮਿੱਟੀ ਚੱਕਦੀ ਦੀ ਯਾਰ ਇੱਥੇ ਨੂੰ ਪਾਣੀ ਕਿਹੜਾ ਥੋੜਾ ਚੱਲਿਆ ਹੋਰ ਆ ਦੇ ਤਾਂ ਟੋਆ ਖਿੱਟਾ ਆ ਭਾਈ ਸਾਰੀ ਦੇ ਨਾਸ ਮਾਰਦਾ ਫਿਰ 3-4 ਤਾਂ ਰਸਤੇ ਕਰਕੇ ਤਾਂ ਰਸਤਾ ਬਰਾਬਰ ਹੋਣਾ ਅੱਗੇ ਮੰਗ ਵਧੀਆ ਯਾਰ ਪੈ ਜਾਵੇ ਮਿੱਟੀ ਤਾਂ ਪੈਣੀ ਚਾਹੀਦੀ ਨਾਲੇ ਖੁੱਲੀ ਹੋ ਮਿੱਟੀ ਨੂੰ ਰਸਤਾ ਆਪਣਾ ਮਿੱਟੀ ਜਿੱਥੇ ਮਰਜ਼ੀ ਭਰ ਲੈ ਮਸ਼ੀਨਾਂ ਆਈਆਂ ਮੈਂ ਬਹੁਤ ਇੱਧਰ ਏਰੀਏ ਚੋਂ ਪਹਿਲਾਂ ਇੱਟਾ ਉੱਟਾ ਸਭ ਹਟਾਤੇ ਮੈਂ ਰੋੜਾ ਵੀ ਬਹੁਤ ਪਾਇਆ ਮੇਰੇ ਹੱਥੇ ਮੈਂ ਰੋੜਾ ਬਹੁਤ ਰੋੜਾ ਦਿਖਦਾ ਨਹੀਂ ਕਿੱਥੇ ਸਭ ਇੱਥੇ ਪਿਆ ਪੈਦਾ ਖੇਤਾਂ ਮਾਰੇ ਚੱਕ ਚੱਕ ਕੇ ਰੋੜੇ ਵੀ ਪਾਣੀ ਬਹੁਤ ਆ ਪਾਣੀ ਦਾ ਕੋਈ ਸੁਰੇ ਨਹੀਂ ਤਾਂ ਕਿੱਧਰ ਜਾਏ ਪਾਣੀ ਦਾ ਕੋਈ ਸੁਰੇ ਨਹੀਂ ਪਾਣੀ ਦਾ ਹੁਣ ਸਾਡੇ ਵਾਲੇ ਨੇ ਗਾਂ ਤਬਾਹੀ ਮਚਾਈ ਵੀ ਜਾ ਕੇ ਠੀਕ ਆ ਕਿੰਨਾ ਪੈ ਰਿਹਾ ਜੀ ਇਹਨੂੰ ਦੇਖਦਾ ਬੂਟਾ ਹੁਣ ਇੱਥੇ ਤੇ ਦੇਖਦਾ ਦੇਖ ਲੈ ਦੂਏ ਸਾਲ ਚ ਆ ਜਾ ਹੈ
ਕੋਈ ਬੂਟਾ ਖਰਾਬ ਨਹੀਂ, ਦੋ ਦਿਨ ਲੈਣਾ ਇੱਕ ਲੈਣ ਚ ਖਰਾਬ ਹੈ। ਕੀੜਾ ਲੱਗਣ ਦਾ ਖਤਰਾ ਹੈ ਬਰਸਾਤ ਵਾਲੇ ਨੂੰ, ਪਾਣੀ ਨਿਕਲਣਾ ਜਿਹੜੇ ਪਾਣੀ ਪੀਤਾ ਪੂਰਾ ਇਹਨੇ, ਪਾਣੀ ਦੇ ਘੰਟਾ ਪਾਣੀ ਕਰੇ ਹੋਏ ਪਏ ਫੁੱਲੇ ਖੜੇ ਦਾ, ਫਿਰ ਕੀੜਾ ਲੱਗਣ ਦਾ ਡਰ ਰਹਿੰਦਾ ਇਹਨੂੰ ਵੀ ਕੀੜਾ ਲੱਗੂਗਾ। ਕੀੜਾ ਵੀ ਇਹੋ ਜਿਹਾ ਸਾਲਾ ਉੱਥੇ ਤੋਂ ਬੂਟਾ ਟੁੱਟਦਾ, ਫਿਰ ਟੁੱਟਦਾ ਟੁੱਟਦਾ ਉੱਥੇ ਹੈ ਕੀੜਾ ਦੇਖ ਲਾ ਕਿਹੋ ਜਿਹਾ ਪਿੱਛੇ ਸਾਲਾ ਉੱਪਰ ਲੱਗਿਆ ਹੁੰਦਾ। ਕਿੰਨੇ ਸਾਲ ਦਾ ਬੂਟਾ? ਆਹਾ ਪਟਾਉਣੇ ਹੋਏ ਆ, ਸਾਲ ਦੇ ਹੋ ਗਏ ਹੁਣ, ਆਹ ਚੌਥਾ ਸਾਲ ਲੱਗਿਆ ਹੁੰਦਾ, ਚੌਥੇ ਦਾ ਦੇਖ ਲਾ ਕਿਹੋ ਜਿਹਾ ਬੂਟਾ ਹੋਇਆ ਬੋਲੇ, ਇਹਦਾ ਬੂਟਾ ਪਟਾਉਣੇ ਵਾਲਾ ਹੁਣ, ਕੱਚ ਜਿੱਡਾ ਬੂਟਾ ਹੋਇਆ ਮੋਟਾਈ ਚ, ਚਾਚੇ ਜਿੱਡਾ ਹੀ ਆ, ਤੇ ਚਾਚੇ ਨੂੰ ਗੋਲ ਕਰ ਲਾ ਫਿਰ ਤਾਂ ਇਹਦੇ ਜਿੱਡਾ ਹੀ ਆ, ਚਾਚਾ ਉਹ ਚਿੱਬਾ ਜਿਹਾ ਹੋਇਆ ਹਾਲੇ, ਲਵਾਈ ਚੜਾਈ ਜੇ ਮੂਹਰੇ ਐਂ ਤੰਗ ਜਿਹਾ, ਤਾਂ ਕਰਕੇ ਜੇ ਗੋਲ ਕਰ ਲਿਆ ਚਾਚੇ ਨੂੰ ਫਿਰ ਸ਼ਾਇਦ ਬੂਟਾ ਹੀ ਬੜਾ ਹੋ ਜਾਵੇ। ਅਜੇ ਤਾਂ ਕੁਛ ਨੀ ਕਹਿੰਦੇ, ਹਾਂ ਬੂਟਾ ਚੱਲਿਆ ਬਹੁਤ ਆ ਸਾਈਡਾਂ ਵਾਲਾ ਜਿਹੜੇ ਵਾਲਾ ਖੜਾ, ਆਹਾ ਸਾਈਡਾਂ ਬਾਈ ਧੁੱਪ ਪੈਂਦੀ ਆ ਬੂਟੇ ਨੂੰ ਤਾਂ ਚੱਲਦਾ, ਪਜਾਲੇ ਫਰਕ ਹੁੰਦਾ ਬਸ ਬਸ ਬਸ। ਹੁਣ ਗੰਨਾ ਦਾ ਇੱਧਰ ਵਿੱਚ ਹੋਰ ਆ ਮੂਹਰੇ ਹੋਰ ਆ, ਉਹ ਤਾਂ ਫਿਰ ਸ਼ੌਰਾ ਯਾਰ, ਸ਼ੌਰੇ ਕਰਕੇ ਫਰਕ ਹੁੰਦਾ, ਤਾਂ ਗੰਨਾ ਇਹ ਲੱਗਦਾ ਹੀ ਨਹੀਂ ਗੰਨਾ, ਹਾਂ ਇੱਥੇ ਮੂਹਰੇ ਦੇ ਲੱਗ ਜਾਂਦਾ ਕਿਹੇ ਜਿਹਾ ਖੜਾ, ਉਹ ਤਾਂ ਤਗੜਾ ਹੈ, ਇੱਧਰ ਵੀ ਸ਼ੌਰਾ ਹੋਊਗਾ, ਇੱਕ ਨਹੀਂ ਪਤਾ ਹੋਊਗਾ, ਉਹੀ ਪਰਚੀਆਂ ਦੋਏ ਹੋਣੀਆਂ ਦੇ ਪਾਸੇ ਹੋਊਗਾ ਪੱਲੇ, ਦੋ ਕਿੱਲਿਆਂ ਚੋਂ ਹੈ ਪਰਚੀਆਂ ਦੋਏ ਹੋਣੇ, ਦੋ ਕਿੱਲਿਆਂ ਚੋਂ ਦੋਏ, ਕਹਿੰਦਾ ਇਹ ਵੀ ਦੋ ਜਣ ਬਹੁਤ ਹੈ, ਪਰ ਇਹ ਚੀਜ਼ ਨੂੰ ਭਈਏ ਕਾਣ ਤੇ ਜਾਂਦੇ ਫਿਰ, ਹਾਂ ਉਹ ਪਤਾ ਵੀ ਕੀਲਾ ਵੱਡਣਾ ਰਾਜੇ, ਸ਼ੁਰੂ ਸ਼ੁਰੂ ਚ ਭਈਏ ਛਿੱਲ ਦਿੰਦੇ ਆ, ਆਹੋ ਚੱਲ ਬੇਲਾ ਯਾਰ, ਪਹਿਲਾਂ ਹੁਣ ਮੇਰੀ ਗੱਲ ਸੁਣ, ਉਹਦੇ ਮਾਪੇ ਵਧੀਆ ਗੰਨਾ ਵੀ ਦੇਣਾ ਉਹਨਾਂ ਨੂੰ, ਆਹੋ ਇਹ ਤਾਂ ਹੈਗਾ, ਵਿੱਗੇ ਦੀ ਪਰਚੀ ਹੁੰਦੀ ਹੈ ਜੋ ਵੀ ਦੇਣੀ ਹੈ, ਵਿੱਗੇ ਦੀ ਪਰਚੀ ਤਾਂ ਵੀ ਹੁੰਦਾ ਬਹੁਤ ਚੁਗਣੀ ਔਖੀ, ਉਹ ਚੁਗਣ ਚੁਗਣ ਵਾਲਾ ਹੀ ਕੰਮ ਹੈ ਸਾਰਾ ਕੀਲੇ ਵਿੱਚ ਚੁਗਣਾ, ਹੁਣ ਵਿੱਚ ਫਿਰ ਮਾੜਾ ਚੰਗਾ ਤਾਂ ਉਹਨੂੰ ਚੱਕਣਾ ਪੈਣਾ, ਆਹੋ ਚੱਕਣਾ ਤਾਂ ਹੈਗਾ ਹੀ ਉਹਦਾ, ਕੰਮ ਉਹ ਤਾਂ ਉਹਨਾਂ ਦਾ ਹੀ ਹੱਕ ਹੈ, ਹੁਣ ਸਾਰਾ ਗੰਨਾ ਉਹਦਾ ਕਢਾਉਣਾ, ਸਾਰਾ ਗੰਨਾ ਉਹਨਾਂ ਤੇ ਕਢਾਉਣਾ, ਜੱਗੂ ਦਾ ਗਾਹਾਂ ਆ ਗਿਆ ਨਾ, ਜੱਗੂ ਦਾ ਗਾਹਾਂ ਹੈ, ਜੱਗੂ ਦਾ ਮੈਨੂੰ ਹਲਕਾ ਹੀ ਲੱਗਦਾ ਇਹਨਾਂ ਦਾ, ਕਾਲ ਵਾਲੇ ਨਾਲ ਤੇ ਉਹ ਖੁੰਝੇ ਪਾਣੀ ਵੀ ਟੁੱਟਦਾ ਰਿਹਾ ਉਹਦੇ, ਪਾਣੀ ਦਾ ਖੁੰਝਾ ਲੱਗਦਾ ਉਹ ਡੂੰਘਾ ਖੇਚਦਾ ਭਾਈ, ਪਾਣੀ ਖੜ ਜਾਂਦਾ ਹੈ, ਉਹੀ ਹੈ ਜੀ ਵੀਡੀਓ ਬਣਦੀ ਜੱਗੂ ਦਾ, ਉਹ ਖੁੰਝਾ ਹੀ ਆ ਫਿਰ ਉਹ ਜਿਹੜਾ ਦੇਖਦਾ, ਮੈਨੂੰ ਤਾਂ ਐਂ ਮੈਂ ਚਾਚੇ ਆਉਣੇ ਲੱਗੇ ਤੇ ਵੀਡੀਓ 'ਚ, ਮੈਂ ਤਾਂ ਪਾਣੀ ਲਾਇਆ ਹੀ ਨਹੀਂ ਭਾਈ, ਨਹੀਂ ਨਹੀਂ ਤੁਸੀਂ ਮੁੱਕ ਕੇ ਨਾਲੇ ਕਹਿੰਦੇ ਦੋ ਪਾਣੀ ਲਾ ਲਏ ਜਨਰੇਟਰ ਲਾ ਕੇ, ਕਿਆ ਗੱਲ ਹੈ ਹੁਣ ਜੇ ਖੇਤ ਡੂੰਘਾ ਨਾ ਉਹ ਤਾਂ ਕਿੰਨੇ ਨੂੰ ਬਾਈ, ਜਿੰਨਾ ਮਰਜ਼ੀ ਬੰਦ ਕਰ ਲਾ, ਅਸੀਂ ਰਾਤ ਨੂੰ 10 ਵਜੇ ਅਸੀਂ ਬੈਠੇ ਮੈਂ ਰਸਵੀਰ, ਜਾਥੇ ਖੱਡ ਪਏ ਪਈ ਨਹੀਂ ਹੈਗੀ, ਉਹਦੇ ਬਾਅਦ ਥੋੜੀ ਖੱਡ ਪਏਗੀ, ਚੱਲ ਸਾਂਭ ਤਾਂ ਲਿਆ ਕੇ, ਸਾਂਭ ਤਾਂ ਲਿਆ ਬੰਦਾ, ਅਸੀਂ ਵੀ ਬੰਦਾ ਸਾਂਭ ਲਏ ਬਸ, ਬੰਦ ਕਰਿਆ ਫੇਰ ਪਾਣੀ ਖੜੇ ਤੂੰ ਘਰ ਚੱਲੇ ਗਿਆ, ਉਹ ਕੰਮ ਗਲਤ ਹੈ, ਜੇ ਜਿੰਨਾ ਟਾਈਮ ਬੰਦਾ ਉਰੇ ਰਹਿੰਦਾ ਉਨਾ ਟਾਈਮ ਠੀਕ ਰਹਿੰਦਾ, ਘਰ ਨੂੰ ਚਲੀ ਜਾ ਬੰਦਾ ਅਵਾਰਾ, ਕੁੱਤੇ ਖੜੇ ਜਦੇ ਆਉਂਦੇ ਖੱਡਾ ਖਰਾਬ ਕਰਦੇ, ਕੁੱਤੇ ਹੀ ਲਗੇ ਆ ਉਹ ਪਾਣੀ ਕਰਕੇ, ਕੁੱਤੇ ਹੀ ਲਗੇ ਵਾ, ਚੂਹੇ ਹੈਗੇ ਗੰਨੇ ਵੀ ਡੋਲਾਂ ਦੇ ਵਿੱਚ ਆ, ਚੂਹੇ ਤੇਜ਼ ਉੱਥੀ ਤਾਂ ਤੇਜ਼ ਨੂੰ ਮੈਂ ਕਿਹਾ ਮਹਾ ਕੁੱਤੇ ਤੇਰੇ ਕੁੱਤੇ ਨੇ ਤੋੜੀ, ਹਾਂ ਕੁੱਤੇ ਜਦੇ ਤੋੜਦੇ ਨੇ ਡੋਲਾ ਕੇ, ਹਾਂ ਇੱਕ ਬੰਦੇ ਦੇ ਹੁੰਦੇ ਆਉਂਦੇ ਨੇ ਹੈਗੇ ਜਿੰਨਾ ਟਾਈਮ ਬੰਦਾ ਉੱਥੇ, ਫਿਰ ਕੁੱਤਿਆਂ ਦਾ ਹੀ ਫੇਰੀ ਜਿਹੜੀ ਫੇਰੀ ਆ ਭਾਈ, ਜੱਗਾ ਦਾ ਨਾ ਕੀ ਹੋਇਆ ਹੈ, ਕਈ ਜਗ੍ਹਾ ਲੀਕ ਆ ਲੈਣੇ ਵਾਲੇ।
ਇਹ ਪੈਬਲਿਕ ਕਣਕ ਚਲਾਉਂਗੇ ਤੂੰ ਤਾਂ ਸੁੱਕ ਗਿਆ ਖਰਾਬ ਕਰਦਾ ਇਹਨੂੰ ਪੱਟ ਕੇ ਦਰਖਤ ਹੋਰ ਲਾਓ ਕੋਈ ਜੱਜ ਦਾ ਬਣਦਾ ਬੋਲ ਲੋ ਰੇ ਕਹਿ ਵੀ ਸਾਡਾ ਤੂੰ ਤੋੜਤਾ ਬਟ ਕੇ ਹੋਰ ਦਸ ਲਾ ਦੇ ਕੋਈ ਗਲਤ ਲਾਇਆ ਆਪੇ ਹੋਇਆ ਗਲਤ ਹੋਰ ਦਰਖਤ ਕਿਆ ਲਾਉਣਾ ਇਹਨਾਂ ਨੇ ਇਹਨਾਂ ਦੇ ਬੂਟੇ ਨੀ ਸਾਂਭਦੇ ਮੈਂ ਤਾਂ ਬੂਟੇ ਦੇਖ ਕੇ ਨਾ ਗੁੱਸਾ ਜਾਂਦਾ ਵੀ ਆਏ ਤੁਸੀਂ ਸਾਂਭ ਹੁਣ ਕਾ ਸਾਂਭਣੇ ਇਹ ਤਾਂ ਰਾੜੀ ਹੈ ਫਿਰ ਉਹ ਬਰਸਾਤ ਦਾ ਟਾਈਮ ਜੇ ਗੰਨਾ ਕਿਹੜਾ ਹੈ ਬੀਜ ਇਹ ਵੀ 38 38 ਬੀਜ ਆ ਭਾਈ ਬੂਲਰਾਂ ਦੇ ਵਿੱਚ ਬਾਕੀ ਤੁਹਾਨੂੰ ਰਿਜ਼ਲਟ ਦਿਖਾਉਂਗੇ ਬਾਅਦ ਰਿਜ਼ਲਟ ਦਿਖਾਉਂਗੇ ਬਸ ਫਲੋ ਟੈਲੀ ਹੋ ਜਾਓ ਬਸ ਹੁਣ ਇਹ ਕਿੰਨਾ ਰੇ ਸਾਰੇ ਪਾਇਆ ਪਤਾ ਰੀ ਤਾਂ ਬਹੁਤ ਪਿਆ ਕਿੰਨੀ ਵਾਰ ਪਾਤਾ ਵੀ ਮੈਂ ਡਾਇਆ ਹੀ ਪਾਇਆ ਮੰਨ ਕੇ ਚੱਲ ਵੀ ਤਿੰਨ ਟੋਟੇ ਡਾਏ ਸਿੱਟਦੇ ਇੱਕ ਵਾਰੀ ਫਟੀਰਾ ਸਿੱਟੀ ਹੈ ਫਿਰ ਯੂਰੀਆ ਵੀ ਗਿਰਿਆ ਫਿਰ ਸਪਰੇ ਵੀ ਹੋਈ ਹੈ ਕਢਾਉਣੀ ਵੀ ਹੈ ਖਰਚਾ ਤਾਂ ਤਾਂ ਹੀ ਮੁੜਨਾ ਉਹ ਤਾਂ ਕਹਿੰਦਾ ਅੱਧੋ ਅੱਧ ਮੈਂ ਅੱਧੋ ਅੱਧ ਲੈਣਾ ਭਾਈ ਅੱਧੋ ਚ ਖੜ ਜਾ ਖਰਚਾ ਠੀਕ ਹੈ ਅੱਧ ਲੈਣਾ ਮੈਂ ਖਰਚੇ ਮੈਂ ਖੜ ਜਾ ਆਪਣੇ ਬੂਟੇ ਆਪੇ ਦੇ ਨੀ ਪੈਣਾ ਹੈਗਾ ਹੁਣ ਪੈਦਾ ਗਿਆ ਬਹਾਨੇ ਗਾ ਹੁਣ ਇਹਦੇ ਵਿੱਚ ਜੇ ਦੋ ਬੂਟੇ ਛੱਡ ਲੈ ਉਹਨਾਂ ਨੂੰ ਖੁਰਾਕ ਲੱਗਣੀ ਹੁਣ ਸਾਰੇ ਹੀ ਖਾਂਦੇ ਆ ਹੋਰ ਇਹਨੇ ਤਾਂ ਕੋਈ ਨੀ ਹੋਣਾ ਹੈਗਾ ਸਾਰਾ ਖਰਾਬ ਹੋਣਾ ਰਾਤ ਦਾ ਟਾਈਮ ਹੁਣ ਉਹ ਦੋ ਬੂਟੇ ਦੇਖ ਕਿਹੜੇ ਦਾਗ ਲੁੱਟਣਾ ਜੇ ਸਫਾਈ ਹੋਈ ਹੋਵੇ ਗੰਨਾ ਵੀ ਆ ਮੀਂਹ ਮੂਹ ਬਹੁਤ ਠਾਲਿਆ ਬਹੁਤ ਠਾਲਿਆ ਬੂਟੇ ਯਾਰ ਗੰਨਾ ਵੀ ਠਾਲਿਆ ਬੂਟੇ ਸਾਰੇ ਫਸਲ ਗਰਮੀ ਦੇ ਕਿਹੜੇ ਹਿਸਾਬ ਨਾਲ ਹੋਈ ਹੁਣ ਗਰਮੀ ਹੋ ਗਈ ਹੁਣ ਕੋਈ ਪੂਰਾ ਯਾਰ ਬੱਦਲ ਘੜੀ ਚੜਿਆ ਹੁੰਦਾ ਪਰ ਇੰਨਾ ਵੀ ਬਚਾਓ ਹੈਗਾ ਸਾਡੇ ਫਿਰ ਖਾਣਾ ਵੀ ਔਖਾ ਹੈ ਵਰਤ ਹੁਣ ਬਹੁਤ ਔਖਾ ਗਰਮੀ ਬਹੁਤ ਲੱਗਦੀ ਬਹੁਤ ਬੁਰਾ ਹਾਲ ਹੈ ਗਰਮੀ ਕਿੱਦਾਂ ਚੋਂਦੀ ਦੇਖ ਲੈ ਚੱਲੀਏ ਚੱਲ ਚੱਲ ਫਿਰ ਚੱਲੀਏ ਬੁਰਾ ਹਾਲ ਹੋਰ ਤਾਂ ਬਾਈ ਬਰਾਬਰ ਤੇਲ ਲਿਆ ਮਾੜਾ ਜਿਹਾ ਹੁਣ ਰੇਲਾ ਬਣਾ ਕੇ ਲੈ ਕੇ ਆਉਂਦਾ
ਹੋਰ ਘੱਟ ਦੋ ਜੀ, ਜ਼ੋਰ ਨਾ ਪਿੱਛੇ ਮਾਰੀ ਹੁਣ ਜ਼ੋਰ ਨਾਲ ਸੇਧ ਜੀ ਦੇਖ ਲਾ ਆਪਣੀ ਅੱਖਾਂ ਦਾ ਨਕਸ਼ਾ ਹੁਣ ਕਿੱਥੇ ਲਾਉਣੀ ਆ ਇੱਕ ਵਾਰ ਚਾਹੇ ਅੰਦਰ ਗੇਰ ਦੇ ਕੱਢ ਦੀਆਂ ਪੈ ਲੈਣਾ ਵਿੱਚ ਗੇਰ ਦੇ ਉਹਨੂੰ ਲੈ ਬਈ ਅਮਾਨਤ ਤੇਰੀ ਘਟ ਗਈਆਂ ਤੇ ਕੀ ਐ ਮੈਂ ਨਹੀਂ ਖਾਧੀਆਂ ਘਟ ਗਈਆਂ ਹੈ ਸੁੱਕ ਗਈ ਸੁੱਕਿਆ ਨਾ ਪਾਣੀ ਟੋਏ ਦੇ ਖੁੱਲ ਗਿਆ ਨਾ ਹਵਾ ਲੱਗ ਗਈ ਅੱਛਾ ਉਹ ਇਹ ਤਾਂ ਗਲਤ ਚੀਜ਼ ਆ ਨਹੀਂ ਖਾਂਦਾ ਨਹੀਂ ਪੈਕਟ ਖੁੱਲੇ ਤੇ ਹਵਾ ਲੱਗ ਗਈ ਇਹ ਕਿਤੇ ਗੈਸ ਦੀ ਉੜ ਗਈ ਕਿਤੇ ਉਹ ਤਾਂ ਇਹ ਕੋਕ ਕੀ ਲਾਇਆ ਵਾ ਕਿਤੇ ਮੈਂ ਤਾਂ ਕਹਿੰਦਾ ਵੀ ਜ਼ੋਰ ਨਾਲ ਗਾਹਾਂ ਵੀ ਜੇ ਕੋਈ ਦਿੱਕਤ ਨਹੀਂ ਹੈਗਾ ਹਾਂ ਕੋਈ ਦਾ ਵੀ ਕੋਈ ਚੱਕਰ ਨਹੀਂ ਹੈਗਾ ਆਪ ਰੱਖੀ ਸਿੱਧਾ ਟੁੱਟੀ ਵਾਲਾ ਪੈਪ ਵੀ ਆਉਣਾ ਭੰਨ ਕਿਤੇ ਮਿੱਟੀ ਤਾਂ ਅੱਜ ਗਿਰਨੀ ਪਈ ਸਾਰੀ ਉਹ ਦਲਵੀ ਦੱਸੀ ਜਾਈ ਬਾਈ ਉਹ ਜਾ ਭਾਈ ਪਿੱਛੇ ਹੋ ਜਾਣਾ ਇੱਥੇ ਤਾਂ ਹੋ ਜਾਣਾ ਬਾਹੀ ਲੀ ਚ ਮਾਰ ਲਈ ਇੱਥੇ ਕਿੱਥੇ ਗਿਆ ਦਵਾਈ ਹੈ ਔਰ ਇੱਥੇ ਸਾਨੂੰ ਇੱਕ ਗਿਰੇ ਦੋ ਗਿਰਨੀਆਂ ਮੈਂ ਕਹਾ ਕਹਿ ਲਾ ਹੁੰਦਾ ਜੇ ਹਟ ਜੇ ਇੱਕ ਮਿੰਟ ਪਿੱਛੇ ਪਿੱਛੇ ਚੱਲ ਬਾਈ ਫੁੱਲ ਦੇ ਸਮਾਂ ਕੱਢੀ ਹੁਣ ਲਾ ਡਰਾਵਲ ਬਸ ਹੁਣ ਲੱਗਾ ਟਿਕਾਣੇ ਤਾਰ ਨੀ ਸੌਖੀ ਆ ਮੈਂ ਉਰੀ ਕਹਿੰਦਾ ਤਾ ਜਿੱਦਾਂ ਇਹਨਾਂ ਨੂੰ ਵੀ ਇੱਥੇ ਗਿਰੇ ਟਾਇਰ ਆ ਕੇ ਤਾਰ ਨੀ ਸੌਖੀ ਹੋਣੀ ਹੁਣ ਬਹੁਤ ਸਾਰੀ ਮਿੱਟੀ ਟੋਏ ਚਾਉਣੀ ਪੁੱਠੀ ਕਰਾਤੀ ਉਹ ਇਹਨਾਂ ਨੇ ਇੱਥੇ ਮਲਕੀ ਸੀ ਅੱਛਾ ਪਤਾ ਨੀ ਕਿੱਧਰ ਨੂੰ ਦੇਖੀ ਗਿਆ ਜਦ ਵੀ ਉਰੇ ਆਉਂਦਾ ਨਾ ਜੱਗੇ ਲੋ ਬਾਈ ਗੱਡੀਆਂ ਰੌਂਗ ਰੂਟ ਪਰ ਚੱਲ ਰਹੀਆਂ ਇਹਦੇ ਬਾਅਦ ਆਹ ਰੂਟ ਕਿਆ ਕਰਨਾ ਹੁਣ ਆਹ ਕੰਪਨੀ ਹੈ ਬਾਈ ਠੇਕੇ ਦਾ ਜਿਹਨਾਂ ਨੂੰ ਕੰਟਰੈਕਟ ਮਿਲਿਆ ਹੋਇਆ ਕਹਿੰਦੇ ਬਹੁਤ ਮਹਿੰਗੀ ਕੰਪਨੀ ਹੈ ਇਹ ਮਾੜਾ ਮੋਟਾ ਕੰਮ ਨਹੀਂ ਫੜਦੀ ਹੈਗੀ ਹਾਂ ਟੈਂਡਰ ਇਹਨਾਂ ਨੇ ਬਾਈ ਟੈਂਡਰ ਲਿਆ ਟੁੱਟਿਆ
ਲੋ ਬਾਈ ਉੱਧਰ ਲੱਗੇ ਹੋਏ ਆ, ਇੱਕ ਲੇਜ਼ਰ ਕਰਾ ਹੈ, ਇੱਕ ਸਿੰਪਲ ਕਰਾ, ਇਹ ਮਿੱਟੀ ਚੱਕ ਚੱਕ ਕੇ ਵੀ ਇੱਥੇ ਲਿਆਉਣੀ ਸਾਰੀ।